ज्ञान ध्यान किछ कर्म ना जाना सार ना जाना तेरी सब ते वड्डा सतगुरु नानक जिन कल राखी में अरसो हीरा छाड़ के करे आन की आस ते नर दोज जाहेंगे सत भाख रबदा चकवी बिछड़ी रैन की आए मिली प्रभात जो नर बिछड़े राम से दिन मिले न रात मैं ना ही कुछ हाँ ना ही किछ है ना मोरा अवसर लच्चा राख लो सदना जन तोरा तन तन महापुरुष ब्रह्मज्ञानी ब्रह्मलीन संत हंसराज जी महाराज साढ़े अति सत्कार योग बाबा बोड़ साढ़े बुजुर्ग संत महेंद्रपाल जी महाराज गुरु प्यारे हो बीबी बिमला देवी जी साडे गुरु प्यारे हो ये जो प्यार दास नूं सो थान सुहावा राम राय जित मेरा बैठा सतगुर आए से कंत भई हरियावले धन सो देश जहां तू बसिया मेरे सज्जन मीत मुरारे जी धन्या महापुरुष धन्या महापुरशां दी कमाई आ कमाई बोलदी है महापुरशां दी सच दा रोला पैंदा आया पर सच दा कोई रोला हुंदा नहीं वैसे पहला दा गल ए आ सच कहंदे किहनूं आ सच सच तो आप सारे करते हैं सच कहते किनू है सच कहते जिन्हों कदे बदलिया ना जा सके कोई ओनू बदल ना जा सके कोई बदल ना दे कदे ओनू की कहते हुने हुने साडे सत्कार योग श्री मान संत जसविंदर सिंह जी बड़े नदड़क महापुरुष गल मूंह ते कह देंदे सच कहंदे आ जिन्हू बदलिया ना जा सके ते आप जी महापुरुषां तो सुन रहे सी कि सच खंड वसे निरंकार हुणे भुलेखा साडा जिहड़ा आ सच खंड सच कहंदे आ जिन्हूं बदलिया ना जा सके ते साडे तन तन गुरु नानक देव महाराज पक्की मोहर लाई आद सच जुगाद सच है भी सच नानक होसी भी सच सच किहनूं कहंदे आ जिन्हूं कोई बदल ना देवे उन्हूं बदलिया नहीं जा सकता उन्हूं सच कहंदे आ
आ कुछ सच नहीं है। बचपन सी जवानी आई बुढ़ापा आया मौत हो जुगी। सचखंड कहिंदे जिहनूं बदलिया नहीं जा सके। ऐस पिंड दे विच मकान बदल जाने, भरावां दियां बंडियां पै जाणियां, घर दे दो घर बन जाने, जमीनां बंड हो जाणियां, पर जे बदलना नहीं तां हंसराज दा दरबार नहीं बदलना। ਇਹ ਕਦੇ ਨਹੀਂ ਬਦਲੂਗਾ, ਇੱਦਾਂ ਹੀ ਰਹੂਗਾ। ਤਾਂ ਇਹਨੂੰ ਸੱਚਖੰਡ ਕਹਿੰਦੇ ਆ। ਐਵੇਂ ਥੋੜੀ ਸੱਚਖੰਡ ਕਹਿ ਦਿੰਦਾ ਕੋਈ ਜਿਸ ਨੂੰ ਬਦਲਿਆ ਨਾ ਜਾ ਸਕੇ। ਕੋਈ ਨਹੀਂ ਬਦਲ ਸਕਦਾ। ਸਰਕਾਰਾਂ ਬਦਲ ਜਾਂਦੀਆਂ ਆ। ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਤਾਂ ਸਤਿਗੁਰ ਰਵਿਦਾਸ ਮਹਾਰਾਜ ਦੀ ਬਾਣੀ ਚੋਂ ਆਪ ਸ਼ਬਦ ਸਰਵਣ ਕਰ ਰਹੇ ਸੀ। ਤਾਂ ਬਾਣੀ ਵਿੱਚ ਉਹਨਾਂ ਨੇ ਕੀਰਤਨ ਦੇ ਵਿੱਚ ਕਿਹਾ ਕਿ ਸਾਚੀ ਪ੍ਰੀਤ ਹਮ ਤੁਮਸਿਉ ਜੋਰੀ, ਤੁਮਸਿਉ ਜੋਰ ਅਵਰ ਸੰਗ ਤੋਰੀ। ਹੁਣ ਇੱਕ ਗੱਲ ਧਿਆਨ ਨਾਲ ਸੁਣਨਾ। ਹੁਣ ਆਪਾਂ ਪਿੰਡ ਦੀ ਸਰਪੰਚੀ ਕਰਨੀ ਹੋਵੇ ਨਾ ਤਾਂ ਆਪਾਂ ਪ੍ਰੀਤ ਇਕੱਲੀ ਸਰਪੰਚੀ ਨਾਲ ਨਹੀਂ ਕਰ ਸਕਦੇ। ਫਿਰ ਸਾਰੇ ਪਿੰਡ ਨਾਲ ਵੀ ਰੱਖਣੀ ਪੈਂਦੀ ਹੈ, ਕਿਉਂਕਿ ਹੁਣ ਇਕੱਲੀ ਇੱਕ ਸਰਪੰਚੀ ਨਾਲ ਪ੍ਰੀਤ ਕਰਕੇ ਪਿੰਡ ਨਾਲ ਪ੍ਰੀਤ ਨਹੀਂ ਰੱਖਦੇ ਤਾਂ ਉਹ ਪ੍ਰੀਤ ਕੀ ਆ ਖਿਲਰ ਜਾਂਦੀ ਆ। ਪਰ ਇੱਧਰ ਮਹਾਰਾਜ ਕੀ ਕਹਿੰਦੇ ਆ ਸੁਣੋ, ਇਹ ਪ੍ਰੀਤ ਕੈਸੀ ਆ? ਦੇਖੋ ਇਹ ਪ੍ਰੀਤ ਬਹੁਤ ਉੱਚੀ ਆ, ਬਾਕੀ ਪ੍ਰੀਤਾਂ ਝੂਠੀਆਂ ਆ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰ ਆ ਕਿਆ ਰਾਤ। ਸਭ ਝੂਠ ਆ ਪ੍ਰੀਤ, ਤੇ ਇੱਕ ਪ੍ਰੀਤ ਸੱਚੀ ਆ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ। ਕਹਿੰਦੇ ਜਿੱਦਣ ਦੀ ਤੇਰੇ ਨਾਲ ਯਾਰੀ ਲਾਈ ਆ, ਪ੍ਰੀਤ ਲਾਈ ਆ, ਹੁਣ ਅਗਲੀ ਲਾਈਨ ਚ ਕੀ ਲਿਖਿਆ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਹੁਣ ਹੋਵੇ ਕੀ ਜਦੋਂ ਮੇਰਾ ਸਾਹਿਬ ਨਿਤ ਨਵਾਂ ਸਦਾ ਸਦਾ ਦਾ ਤਾਰ ਇੱਦਾਂ ਦੇ ਨਾਲ ਲੱਗ ਜਾਵੇ ਤਾਂ ਬਾਕੀਆਂ ਨਾਲ ਆਪੇ ਟੁੱਟ ਜਾਂਦੀ ਆ ਬਈ। ਉਹਦੇ ਵਿੱਚ ਰੱਸੀ ਇੰਨਾ ਜ਼ਿਆਦੇ ਆ। ਸਾਚੀ ਪ੍ਰੀਤ ਹਮ ਤੁਮਸਿਉ ਜੋਰੀ, ਤੁਮਸਿਉ ਜੋਰ ਅਵਰ ਸੰਗ ਤੋਰੀ। ਧੰਨ ਧੰਨ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦਾ ਆਪ 551 ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ। ਮੇਰੇ ਪਾਤਸ਼ਾਹ ਕੀ ਹੋਇਆ, ਇੱਕ ਵਾਰੀ ਕਿੱਕਰ ਦਰਖਤ ਦੇ ਥੱਲੇ ਸੁੱਤੇ ਪਏ ਆ, ਆਰਾਮ ਕਰ ਰਹੇ ਆ। ਸ਼ਾਮ ਦਾ ਵੇਲਾ, ਰਾਏ ਬੁਲਾਰ ਲੰਘਿਆ, ਨਾਲ 5-7 ਜਣੇ ਆ, ਬੜਾ ਚੌਧਰੀ ਆ। ਪਹਿਲੀ ਵਾਰੀ ਕੋਲੋਂ ਦੀ ਲੰਘਿਆ, ਕੀ ਦੇਖਦਾ ਆ, ਸ਼ਾਮ ਦਾ ਵੇਲਾ, ਸਾਰੇ ਦਰਖਤਾਂ ਦੇ ਪਰਛਾਵੇਂ ਢਲ ਗਏ ਆ, ਢਲ ਜਾਂਦੇ ਆ। ਤੁਸੀਂ ਵੀ ਦੇਖਦੇ ਹੋ ਸ਼ਾਮ ਨੂੰ ਪਰਛਾਵੇਂ ਢਲ ਜਾਂਦੇ ਆ। ਕੀ ਦੇਖਦਾ ਰਾਏ ਬੁਲਾਰ, ਵੀ ਜਿਹੜੀ ਕਿੱਕਰ ਥੱਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਰਾਮ ਕਰ ਰਹੇ ਆ, ਉਸ ਕਿੱਕਰ ਦਾ ਪਰਛਾਵਾਂ ਥੱਲੇ ਹੀ ਆ। ਦੇਖ ਕੇ ਨਾ ਕਹਿੰਦੇ ਹੋਵੇ ਨਾ ਹੋਵੇ ਕੋਈ ਰੂਹਾਨੀ ਇਲਾਹੀ ਰੂਹ ਆ, ਆਮ ਤਾਂ ਨਹੀਂ ਹੋ ਸਕਦਾ ਹੈਗਾ ਕਿ ਪਰਛਾਵਾਂ ਤਾਂ ਬੰਦੇ ਦਾ ਟਲ ਜਾਂਦਾ ਸ਼ਾਮ ਨੂੰ, ਪਰ ਇਹ ਦਰਖਤ ਦਾ ਪਰਛਾਵਾਂ ਨਹੀਂ ਠਲਿਆ। ਵੀ ਹੋਵੇ ਨਾ ਹੋਵੇ ਕੋਈ ਫਰਿਸ਼ਤਾ ਆ, ਕੋਈ ਇਲਾਹੀ ਰੂਹ ਆ। ਪਰ ਕੀ ਹੋ ਗਿਆ, 5-7 ਨਾਲ ਚੌਧਰੀ ਦੇ ਜਦੋਂ 5-7 ਜਣੇ ਨਾਲ ਹੋਣ ਨਾ ਤਾਂ ਇੱਕ ਰੋਗ ਜਿਹੜਾ ਹੁੰਦਾ ਨਾ ਮਨ ਚ ਕੀ ਆ ਗਿਆ, ਕਹਿੰਦੇ ਜੇ ਮੈਂ ਹੁਣ ਮੱਥਾ ਟੇਕਿਆ ਨਾ ਤਾਂ ਨਾਲ ਦੇ ਕਹੂਗੇ ਵੀ ਕਹਿੰਦੇ ਇਕੱਲਾ ਹੀ ਮਿਲੂੰਗਾ। ਫਿਰ ਦੂਜੇ ਦੇ ਨਾਲ ਮਹਾਰਾਜ ਕੀ ਆ, ਪਸ਼ੂ ਜਿਹੜੇ ਆ ਚੱਲ ਰਹੇ ਆ ਖੇਤਾਂ ਚਾਲੇ ਦੁਆਲੇ, ਤਾਂ ਕੀ ਆ, ਮਹਾਰਾਜ ਨੇ ਸੱਜੀ ਬਾਂਹ ਦਾ ਸਰਾਣਾ ਬਣਾਇਆ ਵਾ ਤੇ ਆ ਨਿੱਘੇ ਜੇ ਦੇਣੇ ਆ, ਗਰਮੀ ਆ ਤਾਂ ਕੀ ਆ, ਉਹਨਾਂ ਦੇ ਮੱਥੇ ਤੋਂ ਥੋੜਾ ਥੋੜਾ ਪਸੀਨਾ ਵਗ ਰਿਹਾ, ਇੱਕ ਚਿੱਟੇ ਰੰਗ ਦਾ ਸੱਪ ਛਾਂ ਕਰਕੇ ਉਹਨਾਂ ਨੂੰ ਬੈਠਾ ਆ।
ते राय बुलार कहिंदा अज ना कालिए दा मुंडा डंग लियाउणा अज नहीं बचदा सप बड़ा तकड़ा आ। राय बुलार नेड़े गया की देखदा आ सप भज के खुड च वड़ गया ते महाराज राय बुलार वाला नूं पिठ करके ऐदा सज्जी बांह दा सराहणा बना के पए आ अखां बंद मुख चो आवाज आई कहिंदे राय बुलारा अज दूजी वारी मेल होया है। अखां खुल गईयां पैरां च लम्मा ही पै गया कहिंदा सच्चे पातशाह उदण भी तुसी राम कर रहे सी अखां बंद सन अज भी तुसी राम कर रहे हो अखां बंद आ पिठ मेरे वल्लां किवें पता लग गया तुहानूं। कहिंदे राय बुलार तेरा साडा बड़े जन्मां दा नाता है। हुण की होया एक दिन पशु खेतां च वड़ गए अलंबा आ गया मोरे होके खड़ा होया कहिंदे मेरे गुरु नूं कोई मंदा ना बोले जिहड़ा साहब चाहीदा आ। बड़ा अमीर सी बड़ियां पत्तियां दा मालक सी 1500 पत्तियां जदों की देखदा जाके पशुआं नूं कहिंदे जाड़ा पाया गुरु नानक महाराज कहिंदे भी कोई गल नहीं रब तुहानूं होर दऊगा अगे भी मक्खी बहुत होणियां पिछे भी बहुत होई दो टंडे खा ले तां की हो गया पर लोक मौके ते ना इह मेले बाद च लगदे आ इह बाद च हुंदे आ प्रोग्राम जिहड़ियां मौके ते गल्लां झलणियां पैंदियां आ तां की होया गुरु प्यारिओ उस वेले दा दृश्य की आ। राय बुलार जाके ओ किसानां नूं लैके गया फसल अगे तो भी उच्ची खड़ी आ ते महापुरशां दा इशारा हो गया बहुता समां तां नहीं लैणा इह विचार मैं आप जी दे रखण तो बाद समां लै लैणी आ। ते गुरु प्यारिओ की होया पशु जो उस फसलां नूं जाके देखिया तो फसलां आम खेतां नालों उच्चियां आ। अज दा साइंस युग नहीं मन सकता इस गल पर वो फसलां उच्चियां हो गईयां। हुण एक कटना होर कटदी आ केड़ी एक दिन ना गुरु नानक महाराज बड़े खुश आ इन्ने खुश ਇੰਨੇ ਖੁਸ਼ ਕਹਿੰਦੇ ਰਾਏ ਬੁਲਾਰ ਅੱਜ ਕੁਛ ਮੰਗ ਲਾ ਤੂੰ ਮੇਰਾ ਬੜਾ ਚਿੱਤ ਕਰਦਾ ਤੈਨੂੰ ਕੁਛ ਦੇ ਦਵਾਂ ਮੈਂ ਕਿਉਂਕਿ ਜਦੋਂ ਆਪਣੇ ਪਿਆਰੇ ਤੇ ਖੁਸ਼ੀ ਹੁੰਦੀ ਹੈ ਨਾ ਮੇਰੀ ਪ੍ਰੀਤ ਗੋਬਿੰਦ ਸੋ ਦਿਨ ਘਟੈ ਮੈਂ ਤੂੰ ਮੋਲ ਮਹਿੰਗੀ ਲਈ ਜੀ ਸਟੇ। ਕਹਿੰਦੇ ਜਦੋਂ ਪ੍ਰੀਤ ਨਾ ਪਤਾ ਲੱਗਦਾ ਬੜੇ ਮਹਿੰਗੇ ਮੁੱਲਾਂ ਨਾਲ ਮਿਲੀ ਹੈ ਪ੍ਰੀਤ ਐਵੇਂ ਨਹੀਂ ਮਿਲੀ ਐਵੇਂ ਨਹੀਂ ਇੱਥੇ ਦੁਨੀਆਂ ਮੱਥਾ ਟੇਕਦੀ ਆ ਕੇ ਝੁਕਦੀ ਆ ਉਹਦੇ ਦਰਬਾਰ ਤੇ ਬੜੇ ਮਹਿੰਗੇ ਮੁੱਲਾਂ ਨਾਲ ਪ੍ਰੀਤ ਮਿਲੀ। ਕਹਿੰਦੇ ਰਾਏ ਬੁਲਾਰ ਮੰਗ ਕੁਛ ਮੰਗਣਾ ਹੈ ਮੰਗ ਲਾ ਤੇ ਗੁਰੂ ਪਿਆਰਿਓ ਰਾਏ ਬੁਲਾਰ ਕਹਿੰਦਾ ਨਹੀਂ ਮਹਾਰਾਜ ਤੂੰ ਮੇਰੇ ਸਾਹਮਣੇ ਆ ਸੱਚੇ ਪਾਤਸ਼ਾਹ ਹੋਰ ਮੈਨੂੰ ਕੀ ਚਾਹੀਦਾ ਹੈ। ਕਹਿੰਦੇ ਨਹੀਂ ਦੂਜਾ ਬਚਨ ਆ ਮੰਗ। ਜਦੋਂ ਮਹਾਰਾਜ ਦੇ ਅੱਖਾਂ ਦੇ ਵਿੱਚ ਨੂਰ ਦੇਖਿਆ ਰਾਏ ਬੁਲਾਰ ਹੱਥ ਜੋੜ ਕੇ ਖੜਾ ਹੋ ਗਿਆ ਕਹਿੰਦਾ ਪਾਤਸ਼ਾਹ ਕੁਝ ਦੇਣਾ ਹੀ ਚਾਹੁੰਦੇ ਹੋ? ਕਹਿੰਦੇ ਹਾਂ ਮੈਂ ਅੱਜ ਬਹੁਤ ਪੁੱਛਿਆ ਮੰਗ। ਉਸ ਵੇਲੇ ਰਾਏ ਬੁਲਾਰ ਨੇ ਪਤਾ ਕੀ ਮੰਗਿਆ ਸੀ? ਕਹਿੰਦੇ ਪਾਤਸ਼ਾਹ ਜਿੱਦਣ ਮੈਂ ਮਰਾਂ ਨਾ ਤੂੰ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇਂ, ਬਸ ਇਹ ਕੁਛ ਚਾਹੀਦਾ। ਜਿੱਦਣੇ ਸਰੀਰ ਚੋਂ ਜਿੰਦ ਨਿਕਲੇ ਤੂੰ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇਂ। ਤੇ ਉੱਥੇ ਲਿਖਿਆ ਨਾਨਕ ਨਜ਼ਰੀ ਨਜ਼ਰ ਨਿਹਾਲ। ਕਹਿੰਦੇ ਇਹ ਲੈਣ ਦੇਣ ਹੋਇਆ ਸੀ ਦੁਨੀਆਂ 'ਚ ਕਿਤੇ ਪੈਸੇ ਦਾ ਵੀ ਲੈਣ ਦੇਣ ਹੁੰਦਾ ਬੋਲ ਵਿਚਾਰਾਂ ਦਾ ਵੀ ਲੈਣ ਦੇਣ ਹੁੰਦਾ ਆ ਤੀਜਾ ਲੈਣ ਦੇਣ ਉੱਥੇ ਘਟਿਆ ਸੀ। ਨਾਨਕ ਨਜ਼ਰੀ ਨਜ਼ਰ ਨਿਹਾਲ ਨਜ਼ਰਾਂ ਨਜ਼ਰਾਂ 'ਚ ਨਿਹਾਲ ਹੋ ਜਾਂਦਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਤਾਂ ਗੁਰੂ ਪਿਆਰਿਓ ਇਹ ਜੋ ਪ੍ਰੀਤ ਆ ਇਹ ਪਰਮਾਤਮਾ ਸਾਡੀ ਸਾਰਿਆਂ ਦੀ ਇਸੇ ਤਰ੍ਹਾਂ ਬਣਾਈ ਰੱਖੇ। ਵਾਹਿਗੁਰੂ ਸੱਚੇ ਪਾਤਸ਼ਾਹ ਇਹ ਜੋ ਪ੍ਰੀਤ ਹੈ ਇਸ ਦਰਬਾਰ ਦੇ ਨਾਲ ਸੰਗਤਾਂ ਦੀ ਇਸ ਨਗਰ ਦੀ ਇਹ ਵਿਸ਼ਵ ਦੀ ਇਹ ਪ੍ਰੀਤ ਇਸੇ ਤਰ੍ਹਾਂ ਬਣੀ ਰਹੇਗੀ। ਬਾਕੀ ਪ੍ਰੀਤਾਂ ਝੂਠੀਆਂ ਆ ਇਹੀ ਇੱਕ ਪ੍ਰੀਤ ਸੱਚੀ ਆ।
ते असी धनवादी हाँ सन महेंद्रपाल जी महाराज जी का जिन्हां ने सानू निमाणे ना चीज नूं टाइम दे के अपना प्यार बख्शिया नहीं तो दास सुनने वाले चो ही है क्योंकि सुनना भी बहुत वड्डी गल हुंदी है पर सुनना भी नहीं आता मैं कह नहीं सकता कि मैं सुनने वालियां चो हजे उत्थे भी नहीं आया मैं हजे तुसी कई बार सुन कह दिंदे आ ना भी मैं सुनना आया सुनना भी बहुत औखा है सुन दी निशानी सुनिए सिद्ध पीर सुरनाथ कहिंदे एक बार कोई सुन लवे ना सिद्ध बन जांदा है पीर बन जांदा है पैगंबर बन जांदा है सुनना नहीं आता सानू इत्थे ही बाणी नूं मैं विराम दिंदा आ जो बोले सो निर्भय सतगुरु रविदास महाराज की जय वाहिगुरु जी का खालसा श्री वाहिगुरु जी की फतेह।